ਉਹ ਮਨ ਪੈਰ ਵਾਲਾ ਬਾਈ ਖੜਾ ਇੱਧਰ ਪੂਰਾ ਤਿਆਰ ਵਿਆਰ ਵੀ ਖੜਾ ਹਨ ਕਿਰਪਾਨ ਲਈ ਦੇਖ ਲੋ ਹਨ ਹੈ ਪੂਰੀ ਤਿਆਰ ਭੀੜ ਦੇਖੋ ਕਿੰਨੀ ਹੈ ਇੱਥੇ ਆ ਇਹ ਜੀ ਮੇਨ ਜਿਹੜਾ ਘਰ ਸੀ ਉਹਦਾ ਰੋਮੀਓ ਜੂਲੀਅਟ ਦਾ ਜਿੱਥੇ ਉਹ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਬਲੌਗ ਅੱਜ ਜਾ ਰਹੇ ਹਾਂ ਆਪਾਂ ਘੁੰਮਣ ਵੀਰੇ ਵਰੋਨਾ ਸ਼ਹਿਰ ਵਰੋਨਾ ਚ ਨਹੀਂ ਤਾਂ ਆਪਾਂ ਤੋਂ 2-2.5 ਘੰਟੇ ਦਾ ਰਾਹ ਹੈਗਾ ਉੱਥੇ ਬਹੁਤ ਪੁਰਾਣੀ ਕੰਸਟਰਕਸ਼ਨ ਸਾਫ ਕੇ ਰੱਖੀ ਹੋਈ ਹੈ ਅਤੇ ਸਾਰਾ ਤੁਹਾਨੂੰ ਅੱਜ ਵਰੋਨਾ ਸ਼ਹਿਰ ਘੁਮਾਵਾਂਗੇ ਅਤੇ ਆਪਾਂ ਨੇ ਚਾਹ ਧਰ ਲਈ ਹੈ ਚਾਹ ਪੀ ਕੇ ਆਪਾਂ ਫਰੈਂਡ ਆਉਣ ਵਾਲੇ ਨੇ 8 ਵਜੇ ਦਾ ਟਾਈਮ ਹੈ 7:30 ਉਹਨਾਂ ਕੋਲ ਦਿੱਤਾ ਹੋਇਆ ਆ ਕੇ ਆਪਾਂ ਗੱਡੀ 'ਚ ਬੈਠ ਕੇ ਆਪਾਂ ਸਿੱਧਾ ਜਾਣਾ ਵਰੋਨਾ ਚਾਹ ਪੀ ਲਈ ਜਾਂਦੇ ਮਹਾਂ ਟਾਈਮ ਕੁੰਮ ਜੋ ਕੇ ਫਿਰ ਜਾਵਾਂਗੇ ਲਓ ਬ੍ਰੇਕਫਾਸਟ ਰੈਡੀ ਹੋ ਗਿਆ ਆਪਣਾ ਪੂਰਾ ਹੈ ਨਾ ਬ੍ਰੇਕਫਾਸਟ ਕਰਕੇ ਅਤੇ ਚੱਲਾਂਗੇ ਉੱਧਰੋਂ ਫਰੈਂਡ ਵੀ ਤੁਰੇ ਹੋਏ ਆ ਜਾਣੀ ਕਿ ਥੋੜ੍ਹੇ ਜਿਹੇ 2-3 ਕਿਲੋਮੀਟਰ ਪਿੱਛੇ ਰਹਿੰਦੇ ਆ ਚਾਹ ਪੀ ਲਈਏ ਪਹਿਲਾਂ ਦਮਾ ਦਮ ਯਾਰ ਕਿਉਂਕਿ ਭੁੱਖੇ ਢਿੱਡ ਵੀ ਤੁਰਿਆ ਨਹੀਂ ਜਾਂਦਾ ਇੰਨਾ ਬਸ ਲਓ ਜੀ ਆਪਾਂ ਹੁਣ ਜਾ ਰਹੇ ਹਾਂ ਸਿੱਧਾ ਵਰੋਨਾ ਫਰੈਂਡ ਸਾਰੇ ਇਕੱਠੇ ਹੋ ਕੇ ਵਿਹਲੜ ਆ ਸਾਰੇ ਰੋਮੀਓ ਜੂਲੀਅਟ ਤਾਂ ਕਹਿੰਦੇ ਘਰ ਵੀ ਆ ਉੱਥੇ ਕਹਿੰਦੇ ਉਹ ਵੀ ਦੇਖਣਾ ਅੱਜ ਬਾਕੀ ਦੇਖਦੇ ਅੱਗੇ ਜਾ ਕੇ ਕੀ ਬਣਦਾ ਕੀ ਨਹੀਂ ਕਿੱਦਾਂ ਦਾ ਹਾਂ ਵਨੇਸੀ ਵਾਲਾ ਨਾ ਵਨੇਸੀ ਵਾਲਾ ਆਟੋ ਫੜ ਜਾ ਆਪਣਾ ਲਾ ਜਾਣਾ 1.5 ਘੰਟਾ ਹੈ ਨਾ 1.5 ਘੰਟੇ ਦਾ ਹੈਗਾ ਹਾਂ 1.5 ਘੰਟੇ ਦਾ ਰਸਤਾ ਹੈਗਾ 1.5-2 ਘੰਟੇ ਦਾ ਰਸਤਾ ਹੈਗਾ ਕੋਈ ਨਹੀਂ 1.5-2 ਘੰਟੇ ਲੱਗ ਜਾਣੇ ਆਰਾਮ ਨਾਲ ਜਾਣਾ ਸੀ ਹੌਲੀ ਹੌਲੀ ਸਾਰੇ ਛੜੇ ਬੰਦੇ ਆ ਸਾਰੇ ਵਿਹਲੇ ਆ ਛੁੱਟੀਆਂ ਹੋਈਆਂ ਵੀ ਸਾਰਿਆਂ ਨੂੰ ਘੁੰਮਣੇ ਪਰੇ ਹੋਣਾ 2 ਹਫ਼ਤੇ ਹੈ ਰਹਿ ਕੇ 4 ਦਿਨ ਬਸ ਆਹੀ 4 ਦਿਨ ਸੰਡੇ ਤੱਕ ਆ ਸਾਡੇ ਏਰੀਏ 'ਚ ਤਾਂ ਯਾਰ ਪੂਰੀ ਧੁੱਪ ਨਿਕਲੀ ਹੋਈ ਸੀ ਆ ਹੁਣ ਇੱਧਰ ਆਏ 40-50 ਕਿਲੋਮੀਟਰ ਅੱਗੇ ਇੱਧਰ ਧੁੰਦੇ ਧੁੰਦ ਅਤੇ ਠੰਡ ਇੱਥੇ ਜ਼ਿਆਦਾ ਉੱਧਰ ਨਾਲੋਂ ਨਾਲੇ ਤਾਂ ਬਾਹਲਾ ਨਹੀਂ ਆਏ 50-60 ਕਿਲੋਮੀਟਰ ਆਏ ਹਜੇ ਅਤੇ ਮੌਸਮ ਇੰਨਾ ਖਰਾਬ ਮਿਲਿਆ ਇੱਧਰ ਬਹੁਤ ਜ਼ਿਆਦਾ ਯਾਰ ਬਾਕੀ ਹੁਣ ਸਲੋਅ ਜਾ ਰਹੇ ਥੋੜ੍ਹੀਆਂ ਗੱਡੀਆਂ ਹੌਲੀ ਹੋ ਗਈਆਂ ਕਿਉਂਕਿ ਧੁੰਦ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜਾ ਹਾਈਵੇ ਦਾ ਇੱਕ ਬਹੁਤ ਫਾਇਦਾ ਕਿਉਂਕਿ ਇੱਥੇ ਤਿੰਨ ਲਾਈਨਾਂ ਚੱਲਦੀਆਂ ਜਿਹੜੇ ਟਰੈਕਿੰਗ ਲਾਈਨ ਆ ਉਹ ਸਿਰਫ ਲਾਸਟ ਲਾਈਨ ਆ ਵਾਲੀ ਇੱਧਰ ਟਰੈਕਿੰਗ ਲਾਈਨ ਅਤੇ ਇੱਧਰ ਗੱਡੀਆਂ ਅਤੇ ਆਪਣੇ ਨੋਰਮਲ ਜਿਹੜੇ ਗੱਡੀ ਚੱਲਦੀ ਉਹ ਵਾਲੀਆਂ ਇਸ ਕਰਕੇ ਜੇ ਆਪਾਂ ਕਿਤੇ ਪਹੁੰਚਣਾ ਨਾ ਬੜਾ ਟਾਈਮ ਨਹੀਂ ਲੱਗਦਾ ਹੈਗਾ ਹਾਈਵੇ ਦਾ ਉਹ ਰੇਟ ਲਈ ਇਹ ਬਹੁਤ ਫਾਇਦਾ 130 ਦੀ ਸਪੀਡ ਚਲੇ ਜਾਂਦੀ ਹੈ ਘੱਟੋ ਘੱਟ 60 ਦੀ ਅਤੇ ਵੱਧ ਤੋਂ ਵੱਧ 130 ਦੀ 60 ਤੋਂ ਥੱਲੇ ਆਪਾਂ ਰੱਖ ਨਹੀਂ ਸਕਦੇ 130 ਦੇ ਉੱਪਰ ਆਪਾਂ ਲਿਜਾ ਨਹੀਂ ਸਕਦੇ 60 ਆਹ ਉਹ ਕੋਰਸੀ 60 ਆ ਉਹ 60 ਇਹ 90 ਆਪਣੀ ਅਲੱਗ ਅਲੱਗ ਕੋਰਸੀਆਂ ਦਾ ਹੋਣਾ ਲਓ ਜੀ ਸਾਡੇ ਡਰਾਈਵਰ ਸਾਹਿਬ ਗੱਲਾਂ 'ਚ ਨਾ ਗੱਡੀ ਗਾਹਾਂ ਹੀ ਲਾਏ ਸਾਡਾ ਉੱਥੇ ਐਕਸੀਡੈਂਟ ਸੀ ਐਕਸੀਡ ਕੀਤਾ ਨਹੀਂ ਹੁਣ 20-22 ਕਿਲੋਮੀਟਰ ਗਾਹਾਂ ਜਾ ਕੇ ਐਕਸੀਡ ਆਉਣਾ ਅਤੇ ਉੱਥੇ ਕਰਨਾ ਪੈਣਾ ਅਸੀਂ ਗੱਲਾਂ ਕਰ ਜੇ ਇੰਡੀਆ ਹੁੰਦਾ ਮੈਂ ਪਾ ਕੇ ਵਿੱਚ ਨੂੰ ਬੰਦਾ ਵਾਪਸ ਯੂ ਟਰਨ ਮਾਰ ਲੈਂਦਾ ਇੱਥੇ ਇਟਲੀ ਆਹ ਮੇਰੇ ਬਹੁਤ ਪ੍ਰੋਬਲਮ ਆ ਹੁਣ ਅਗਲਾ ਐਕਸੀਡ ਆਊਗਾ ਨਾ ਉੱਥੇ ਆਪਾਂ ਕਰ ਸਕਦੇ ਹਾਂ ਉਹ ਜਾਣਾ ਪੈਣਾ ਹਾਂ ਮੈਂ ਪਰ ਸਾਨੂੰ 20 ਕਿਲੋਮੀਟਰ ਐਕਸਟਰਾ ਪੈ ਗਿਆ ਚਲੋ ਖੈਰ ਉਹ ਦੇਖੋ ਸਾਹਮਣੇ ਆਟੋ ਗ੍ਰਿਲ ਐਨ ਰੋਡ ਦੇ ਉੱਪਰ ਬਣਾਈ ਹੋਈ ਗੱਬੇ ਐਨ ਸੈਂਟਰ 'ਚ ਦੇਖੋ ਐਨ ਇਟਲੀ ਦਾ ਢਾਬਾ ਇਟਲੀ ਦਾ ਢਾਬਾ ਲਾ ਲਓ ਇੱਕ ਤਰ੍ਹਾਂ ਦਾ ਐਂ ਦੇਖੋ ਰੋਡ ਦੇ ਗੱਬੇ ਬਣਾਇਆ ਹੋਇਆ ਦੇਖ ਲਓ ਐਨ ਆਪਣਾ ਐਕਸਿਟ ਆ ਗਿਆ ਜੀ ਵਰੋਨਾ ਈਸਟ ਆ ਗਿਆ ਆਪਣਾ ਪਹਿਲਾਂ ਅਸੀਂ ਮਿਸ ਕਰਤਾ ਸੀ ਇਹ ਹੁਣ ਦੁਬਾਰਾ ਘੁੰਮ ਕੇ ਆਏ ਹਾਂ ਹੁਣ ਇੱਥੇ ਪਗਾਰੇ ਕਰਕੇ ਪੈਸੇ ਦੇ ਕੇ ਇਹਨਾਂ ਨੂੰ ਫਿਰ ਆਪਾਂ ਵਰੋਨਾ ਸ਼ਹਿਰ 'ਚ ਐਂਟਰ ਹੋ ਜਾਣਾ ਇੱਥੋਂ ਅਤੇ ਇੱਥੇ ਆਪਾਂ ਦੇਖਾਂਗੇ ਰੋਮੀ ਜੂਲੀਅਟ ਦਾ ਘਰ ਪਲੱਸ ਕਸਟੇਲੋ ਅਤੇ ਪਲੱਸ ਤਾਜੀਓ ਜਿਹੜਾ ਬਹੁਤ ਪੁਰਾਣਾ ਸਟੇਡੀਅਮ ਇੱਥੇ ਦਾ ਬਹੁਤ ਜਿੱਕਣਾ ਆਪਣਾ ਰੋਮਾ ਬਣਿਆ ਹੋਇਆ ਉੱਦਾਂ ਦਾ ਹੀ ਆ ਅਤੇ ਤੁਹਾਨੂੰ ਟੂਲ ਪਲਾਜ਼ਾ ਇਹ ਆ ਗਿਆ ਆਪਣਾ ਜੀ ਟੂਲ ਪਲਾਜ਼ਾ ਟੂਲ ਪਲਾਜ਼ਾ ਉਰੇ ਜਾਣੀ ਕੋਈ ਬੈਠਦਾ ਨਹੀਂ ਉਰੇ ਆਪਣੇ ਬਸ ਪਾਓ ਪੈਸੇ ਅਤੇ ਲੰਘ ਜਾਓ ਬਸ ਆ ਮੈਂ ਤੁਹਾਨੂੰ ਦਿਖਾ ਵੀ ਜਾਂਦਾ ਹੁਣ ਦੇਖੋ ਇੱਥੇ ਲਾ ਪਾਉਣੇ ਨੇ ਚਿੱਠੀ ਜੀ ਪਰਚੀ ਆ ਪਾ ਕੇ ਵਿੱਚ ਇਹ ਉਹੀ ਟੋਲ ਪਲਾਜ਼ਾ ਨਹੀਂ ਜਿੱਥੇ ਸਿੰਘਾਂ ਨੇ ਸਿਰ ਫਾੜੇ ਸੀ ਦੇਖ ਲੈ ਟਰਾਈ ਕਰਕੇ ਇਹ ਪਹਿਲਾਂ 2 ਰੁਪਏ ਨਹੀਂ ਸੀ ਇਹ ਚੱਕਦੇ ਨਹੀਂ ਨੋਰਮਲ ਰੋਡ ਤੇ ਹਾਈਵੇ ਛੱਡਤਾ ਆਪਾਂ ਨੇ ਲੋ ਜੀ ਆਹੋ ਨਹਿਰ ਆ ਜਿਹੜੀ
दो तीन महीने पहला बारिश हुई थी ना, जो बारिश हुई थी पानी रहा ये उपर न आया थे उपर न पानी टपता सी वो वाली है फिर उन्होंने ये नहर जिदा पानी जो हड़ आए थे हड़ नहीं कह सकते जानी हड़ वाली स्थिति पैदा हो गई थी उदो आ पूरी भरी हुई थी नहर वाली तुम देख रहे हो फुल है उपर तक आ पानी बहर आता सीधा हो रहा है। हाँ जी जाकर ठीक है ना पुल टप के जाना अपने अंदर हम शहर से एंटर होना जिते बसा खड़िया ना वो वाला पुल जाना सीधा अंदर एंट्री उदू भी उठर होंगी है उठर एंटर हो गया फिर गाह अभी देख भी रहे शहर कि सोहना लगता अगे जाके बाकी देखा अगर नहर बड़ी सोहनी लग रही सारे ही शहर घूमने वाला फिर उन्होंने उदा तो बाकी जो जो सू मिल गया वो तो दिखाते जावे आओ देखो कितनी सोहनी कस्टेलो बनाई हुई एदा टाइप बड़ी घैंट लग रही है भी देखो वैसे रश बहुत है शहर से यार वरोने च कफे आ गई है जी कफे पी के हुण फिर जावांगे बाहर बाहर जाने का ठंड सोहनी ठंड है कफे पी लो पहला फाइनली असी उत्थे पहुंच गए जिथे रोमियो जूलियट का घर है यानी कि इतों रह गया 200 मीटर की दूरी से भीड़ अज भी बहुत ज़्यादा इतने हर टाइम भीड़ रही रही और मैं मेरे फ्रेंड आए थे 2 महीने पहला उदू भी कहते भी बहुत भीड़ सी क्योंकि उधर टूरिस्ट बहुत आता है जगह पर मैं थोड़ा दिखाना आ जोड़ा घर उदा आह रोमियो जूलियट का घर है जी आ बहरों देख लो तुम पहला आ वाला जरा इटा इमारत देख रहे ना तुम इतों स्टार्टिंग हो जाती जानी आ अंदर एंटर है सर आ अंदर मैं थोड़ा दिखा जाके हूँ हाँ स्कूल हाँ इंतर से दिला स्कूल एक्सीडेंट जो एंटर हो गया था हूँ एंटर ही दूसरे पास में राज किमें क्या वाह ना पहले जो अभी पिछली बार आए थे तो उधर से इंटरेस्ट हाँ आ गई अंदर एंट्री होगी जो कुछ पुरानी इन्हों सभ्यता उन्होंने लगिया हुई दिखा थ कुछ पुरानी पेंटिंगा लगे हुई ने इतने ये मैं पता नहीं इतने दिया जा बहर दार दिया क्योंकि ताजमहल भी लगे हुआ अपना ये सारे बहर जो अपने फेमस चीज़ें हॉलीवुड वाला लगे हुआ वो चाइना वाली लगी उधर तो अपना इंडिया ताजमहल भी लगे पर वधिया बनाया बदला यार इन्होंने सारा कुछ हाँ तो इधर जोड़ा मेन रोमियो जूलियट का घर आ उत्थे जाना हूँ अपने दिखा मैं थोड़ा थोड़ा अगे जाके हसबैंड वाइफ खड़े ने उत्थे कहते जूलियट आँदी होंगी सी तो रोमियो इतने उन्होंने मिलना आता सी आप देखो थल कुरतीले है तो वो सिमरी भी बनाई हुई उन्होंने आह पेंटिंग की हुई इतने तो गोरे तो बहुत ज़्यादा देखने आने इतने चीज़ में सारे देखो गोरे गोरे ने इतने सारे देखने आते जिन्हें भी इस तो अगे एक होर एंट्री है जो उत्थे जाना तो 10 यूरो टिकट लगती अंदर जाने की जो अंदर जाके उपर जाके जो फोटो खिचाई ना तो 10 यूरो पर हेड लग जाए पर यार मैं सोचा नहीं थी इन्नी ज़्यादा भीड़ होगी बहुत ज़्यादा भीड़ है उधर तो बहुत ज़्यादा देखो पुरानी कंट्रक्शन कितनी सांभ के रखी हुई है इन्होंने सारी आ सारी आ पुरानी कंट्रक्शन देख भाई है कितना सांभिया है आ तो मैंने इट्टा अपने हुण इंडिया में नहीं देखी जी लगिया हुई छोटी छोटी जी पत्थर जी आ बहुत पुराना भाई घट्टो घट्ट 400-500 साल पुरानी इमारत आ तुसीं उह डिजाइनिंग कोई अंदाजा ला सकते हो जी डिजाइनिंग की हुई है वो तो ही अंदाजा ला सकते हैं
ये बहुत ज़्यादा मैं उम्मीद मैंने उम्मीद नहीं सी इन्नी ज़्यादा फेमस होगी चीज़ यह पर जिनी आ भीड़ देख के तो ऐ लगता भी हजे आप घट पता इन लोगों ज़्यादा पता अपने नाल भी हो बहुत ज़्यादा यार छोटा जहा बेबी किन्ना प्यारा लगता जे कोई रोमियो जूलियट का घर देखना चाहता है तो यह वरोने विच है परमिंचा की वरोना तो आप जो ऑटो से हाईवे से आने तो वरोना ईस्ट आपको सीधा करना पैना उतो 10 किलोमीटर तो दूर रहे है जानी लोकेशन थोड़ा मिल जूगी पार्किंग वगैरह सारा कुछ इतने ईजी अवेलेबल हो जाती सारी चीज़ हाँ इतने मार्केटा लगिया हुई देखो जी ओपन मार्केटा लगिया हुई खुलियाँ नहीं बहुत रौनक मेला यार जानी कि तो बहुत ज़्यादा उ टूरिस्ट जानी कि खाण पीन का सारा कुछ बाकी टूरिस्ट बहुत ज़्यादा है या हम थोड़ा असं बाहर आ गए तो 500 मीटर इतने कस्तेलो बनी हुई देखो कि घैट हो देखो वाह वेरी नाइस या नीचे हिस्टरी के मुताबिक चीज़ा लगिया हुई ने क्या स्टोरी है इन्हों की वो चीज़ा लगिया हुई सारिया नहीं मार्केट खासी खुली लगी भी खासी वड्डी है यह तुम दिखा भी ना देखो तो पुराना तो यार बहुत ज़्यादा शहर है वरोना शहर तो ना बहुत ज़्यादा पुराना है थोड़ा मैं दिखाना किन्ने पुराने घर सामभे हुए इन्होंने तो वह चीज़ा देखने दे देखो फॉरन तो किन्ने टूरिस्ट आने बहरों ऑस्ट्रेलिया इंग्लैंड अमेरिका तो भी देख लो टूरिस्ट पहुंचे हुए इतने अमेरिका तो बहुत ज़्यादा मिले सानू बंदे बहुत घंट चीज़ है यार एक बार तो विजिट करना बनता इतने सारे का हाँ संगल जहाँ पा के बनाया वा देखो कुछ इतने बन बुन के मिला जा पहला सजा सुजा चाहते होने संगल जहाँ बनाया हुआ देखो यह सिटी ट्रेन जोड़ी शहर चो घूमती है सारे च यह तकरीबन इटली ना जी भी टूरिस्ट प्लेस हरेक जगह मिल जाती है सोहनी भी लगती है उदा जेडे जगह नहीं पता जिन्होंने ज़्यादा तो ये अपनी जा सकते हैं घूम सकते शहर सारा लो इतने एक छोटा जहा फुनताना भी लग्या होया एन प्यासे के बिच आ गभे आके बहुत सोहना लग रहा है जी देखो कि सोहनी कारागिरी करी हुई है बहुत सोहना तो पुरानी देखो बिल्डिंग कि पुरानी देखो मैं तुम दिखा हौली हौली देखो एक वो आ गई कस्तेलो जी कस्तेलो जी तो बहुत ज़्यादा इतने देखो किन्ना पुराना है ना ये सांभ है ता है क्योंकि रिपेयर होंगी रही है टाइम टू टाइम इस करके सांभ है तो थले आ गई मार्केटा खुली मार्केटा लगे हुई ने हाँ देखो जी साढ़े बंद ना रोड के गब्बे फिरते हैं इन्हों यही नहीं पता भी रोड के मार्चा पीती केड़ा गब्बे घूम रहे हैं देख लो भैया तो थमले देखो किन्ने पुराने होने देख लो घस घस के किदा के हो गए तो मजबूत किन्ने देख लो कि पुराना होना है जिदा अपने पुरातन मंदिर मुंदर च नहीं लगे हुए होंगे उदा देर देख लो हाँ किन्ने पुराने ने देख लो सारे या मार्बल देखो तुम कह सकते हो अज के टाइम का है पता नहीं कदों कदा नहीं है देखो कि लोगों ने चेंज नहीं कीतियाँ चीज़ा सामभ के रखी हुई तो पहला देख के गए लोग इन्हें भी बहुत ज़्यादा कोई वीकएड नहीं कोई कुछ नहीं है फिर भी देखो कि रश है किन्ने लोग देख आने एक ना रोमा नहीं है रोमा जो बनया हुआ वो स्टेडियो पुराना उदा उ भी एक स्टेडियो बनया हुआ वो देख जा रहे हूँ अरेनो कहने अरेनो तो बाकी ये वनेसिया शहर वर्गा भुलेखा पाना थोड़ा थोड़ा उदा दिन गलिया क्योंकि वनेस भी बहुत पुराना तो यह भी बहुत पुराना पर यह वेनिस तो भी कितने ज़्यादा पुराना शहर है वेरोना सारे जूलियट का घर देख जा रहे हैं जिन्होंने देख लिया उधर जा रहे हैं किला देख और गुरी किदा फिर किमें लग रहा घूम के घरों निकले गुरी तो अज काफ़ी टाइम बाद निकले क्योंकि इन्हें छुट्टियां नहीं मन तो चल छुट्टियां सी इन आ दो तीन छुट्टियां हुई इन्हें भी मंडे में जाना काम से तो मैं भी जाना थोनू मैं अगे का व्यू दिखा तो देखोगे ना ऐ लगता भी क्या सारी इटली इतें ही इकट्ठी हो गई होंगी है एक मिनट रुक मैं दिखा देखो हाँ देखो भीड़ भाई वरोना शहर इन्नी भीड़ है बाहर छुट्टियां ना भाई छुट्टियां करके पिछू कुछ है
क्योंकि जब हम 8 जनवरी तो काम खोलने ओदा तो पहला पहला सारे छुट्टियां ते आ वो स्टेडियो आ एरानो कहने नु की कहने एरानो किदा नाम आ अरेना 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 सॉरी एरेना कहने नु देखो टोका अठनी तो 1000 साल पुराना है 1000 तो बदे होना उदो मैं पता रहा नहीं एग्जैक्ट किन्ना देखो उ स्टोरी लिखी हुई है मैं तुम्हें दसदा जाके अगे देखो कि दुनिया आऊगी देखने इधर मर्जी भीड़े भीड़ हूँ तो ऐसा कहना प्यासा दोमो जा के उन्हें मिलान मिलान तो भी वध भीड़ है इतने मिलान कि फेमस है तो भी वध भीड़ है इतने देखो इतना ना लड़ाई लड़ाई जाती थी बंद जानवर लड़ाया जाता सी जिदा तुम ग्लैडिएटर फिल्म देखी होनी है वो मांग है इतने जाने के बंद जानवर या होर चीज़ा लड़ाया जाता सी इतने स्टेडियो के देखते अगे जाके जिदा टिकट ना हुई फिर अंदर जावे बाकी देखते टिकट किन्नी का किन्नी का नहीं प्राइज का आ देखो जी लाइने बहुत बड़ी लगी हुई है कस्टेलो देखने लगी बहुत तक जा रही लाइन इन्नी ज़्यादा भीड़ बहुत ज़्यादा यार खड़े इधर देखो कि भीड़ भरिया पा सारा बहुत ज्यादा यार फेमस प्लेस है बहुत ज्यादा मैं तो पता नहीं भी इन्नी ज्यादा फेमस है इन्ना ज्यादा टूरिस्ट आता इतने कस्टेलो देखो जल्द कितनी पुरानी होनी भाई मार्बल देखो कि लगे मैं इस देखने लिए देख लो फॉरनर लोग किन्ने आ रहे देख लो गांधी जी कल्ली खड़ी है हाँ क्या पूरा हैरान करने वाला जान पूरी चीज कि रोमा बनया हो उदर तो भुलेखा पाँगा रोमा ना वो देखा तो है नहीं अजे वह भी टूर क्डना देखते गर्मी जावे अच्छी इतने बाकी देखो यार बाकी यार देखने लगी है भाई यह जेडे तो इटली जी ने एक बार विजिट जरूर करो इतने वेरोना बहुत सोहना शहर है एरेना ना भाई यह जो है यह 2000 साल पुराना है जोड़ा अपना रोमा कलोसियो रोमा नहीं है जोड़ा वह तो भी पुराना है वह ही तो घट्टो घट 50-60 साल बाद बनया तो देख लो कि पुराना रोमन अंपायर से जोड़ा वह तो भी बाद बनया से उत्तर यह उ पहला तो बनया होया देखो यार कि ज़्यादा पुराना मैं हजे 1000 साल कहता कि पहला ये 2000 साल पुराना 2000 साल बहुत पुराना है भाई यार पार्क बहुत सोहनी बनाई हुई है इतने पार्क च इन्ना दिल लगते ने इतने बहुत ज़्यादा और देखो कहाँ फंताने भी लाए हुए हैं फुहारे च बहुत घंट बनाया हुआ जी यार देखने वाली चीज़ है अपने इंडियन वीर फिरते हैं हाँ देखो कि घंट बनाया हुआ पानी का शोर भी जलो कि सोहना लगता बहुत घंट चीज बनाई गुड़िया रोमन अंपायर तो लगता है ना बनाया स्टैचू जो बनाया हुआ बहुत घंट है यार अभी देख लिखे पता है पर इना वरोना एंटर होने लिए आ गेट बनाए हुए देखो इन्होंने आह उपर अरलॉजी आवाज कितनी सोहनी लगती है जी तो 12:05 हो गए हूँ नीचे बस आ गई बस ने खराब खराब करता बच्चे हेलमेट ले खड़े हैं सेफ्टी भी जरूरी है भाई नहीं टूरिस्ट का टूरिस्ट आ रहा यार ट्रांसपोर्ट भी सोहनी हो रही आई जाती है वैसे बस सर्विस सोहनी है इधर चलते भाई देखो गलियां भरिया पईयां सारियां मैं ना रोमा तो भी पुराना लगता मैं वैसे है ना 2000 वो दसदा रोमा तो ज्यादा पुराना फिर वरोना नहीं वो बनया पुराना हुआ अच्छा हूँ रोमा यार है ना रोमन अंपायर कहा जाए तो भाई देख लगा अच्छा
ਬਹੁਤ ਹੀ ਵਧੀਆ ਲੱਗ ਰਿਹਾ ਭਾਜੀ, ਬਹੁਤ ਵਧੀਆ ਲੱਗ ਰਿਹਾ ਇੱਥੇ ਘੁੰਮ ਕੇ। ਪਰ ਇੱਥੇ ਸਮਾਨ ਬੜਾ ਮਹਿੰਗਾ ਆ, ਬੜਾ ਧਿਆਨ ਨਾਲ ਹੀ ਆਇਆ ਜੇ ਲੈਣਾ ਵੀ ਕਿਸੇ ਨੇ। ਮੈਂ ਕਿਹਾ ਤਾਂ ਕਰਕੇ ਟੂਰਿਸਟ ਪਲੇਸ ਆ, ਟੂਰਿਸਟ ਪਲੇਸ ਤਾਂ ਉਦਾਂ ਹੀ ਮਹਿੰਗੀ ਹੁੰਦੀ, ਕਿਤੇ ਚਲੇ ਜਾ ਤੂੰ, ਇੰਡੀਆ ਵੀ ਦੇਖ ਲਈ ਜੇ, ਸਾਰੇ ਪਾਸੇ ਮਹਿੰਗਾ ਹੀ ਹੁੰਦਾ ਵੈਸੇ। ਹਾਂਜੀ, ਆਹ ਪਤਾ ਨਹੀਂ ਕੀ ਬਣਾ ਰਿਹਾ, ਉਹ ਦੱਸਦਾ ਕੱਟਣੇ ਵਾਲੇ, ਕੱਟਣੇ ਵਾਲੇ ਬਣਾ ਰਿਹਾ ਉਹ, ਜਿਹੜਾ ਕੱਟ ਆਪਣੀ ਮਸ਼ਹੂਰੀ ਕਰਦਾ ਉਹ ਪਬਲਿਸਿਟੀ। ਚੋਕਲੇਟ ਸ਼ੋਪ ਆ ਗਈ ਨੁਤੈਲਾ, ਇਟਲੀ ਦੀ ਮਸ਼ਹੂਰ ਚੋਕਲੇਟ ਆ, ਬਹੁਤ ਵੱਡੀ ਫੈਕਟਰੀ ਆ ਨੁਤੈਲੇ ਦੀ, ਇੱਥੇ ਪੂਰੇ ਵਰਲਡ 'ਚ ਮਸ਼ਹੂਰ ਆ ਨੁਤੈਲਾ, ਹੈ ਨਾ। ਆ ਪੇਂਟਿੰਗ ਦੇਖੋ ਯਾਰ ਕਿੰਨੀ ਸੋਹਣੀ ਬਣਾਈ ਹੋਈ ਇਹਨਾਂ ਨੇ, ਆਹ ਕਿੰਨੀ ਘੈਂਟ ਲੱਗ ਰਹੀ ਹੈ ਜਗ੍ਹਾ। ਹਾਂ ਗ੍ਰਾਸੀਆ, ਆਹ ਦੇਖੋ ਇਹ ਕਹਿੰਦਾ ਕਹਿੰਦੇ ਚਲਾ ਕੇ ਨਹੀਂ ਦੇਖੇ ਹੈਗੇ, ਚਲਾਉਣ ਕਿਤੇ ਬੰਬ ਹੈ ਮਾਮਾ। ਪੈਰ ਵਾਲਾ ਬਾਈ ਖੜਾ ਇੱਧਰ, ਪੂਰਾ ਤਿਆਰ ਵਿਆਰ ਹੋਈ ਖੜਾ ਹੈ, ਕਿਰਪਾਨ ਲਈ ਦੇਖ ਲੋ ਹੈ, ਪੂਰੀ ਤਿਆਰੀ ਹੈ ਹਮਲਾ ਕਰਨ ਨੂੰ। ਆਹ ਯਾਰ ਮੈਨੂੰ ਤਾਂ ਲੱਗਦਾ ਸ਼ਾਇਦ ਸੁਰੰਗ ਵਗੈਰਾ, ਕਿਉਂਕਿ ਸ਼ਹਿਰ ਦੇ ਬਾਹਰ ਬਾਹਰ ਜਾਂਦੀ ਹੋਊਗੀ ਸ਼ਾਇਦ, ਪੱਕਾ ਨਹੀਂ ਕਹਿ ਸਕਦਾ ਮੈਂ, ਲੱਗਦੀ ਤਾਂ ਉੱਦਾਂ ਦੀ ਉਹ ਹੈ ਸਾਰੀਆਂ, ਜਾਂ ਕੋਈ ਜੇਲ੍ਹ ਟਾਈਪ ਲੱਗਦਾ ਮੈਨੂੰ ਕੁਛ, ਜਾਂ ਕੋਈ ਜੇਲ੍ਹ ਜੀ ਬਣ, ਕਿਉਂਕਿ ਬਹੁਤ ਨੀਵਾਂ ਜਾਂਦਾ ਉੱਥੇ ਥੱਲੇ ਤੱਕ। ਉਹ ਦੇਖੋ ਆਹ ਮੈਨੂੰ ਖੂਹ ਖਾ ਲੱਗਦਾ ਜਿਹੜਾ ਬੰਦ ਕਰਿਆ ਹੋਇਆ ਇਸ ਟਾਈਮ ਹੁਣ, ਇਹ ਵੀ ਜਾਣੀ ਬਹੁਤ ਪੁਰਾਣੀ ਚੀਜ਼ ਸਾਂਭੀ ਹੋਈ ਇਹਨਾਂ ਨੇ, ਆਹ ਆਲੇ ਦੁਆਲੇ ਵੀ ਆਹ ਬਾੜ ਜੀ ਕੇ ਜੰਗਲ ਲੱਗ ਰਿਹਾ ਹੋਇਆ, ਤਾਂ ਵੀ ਉਹ ਵਿੱਚ ਡਿੱਗ ਵੀ ਨਾ ਸਕੇ ਕੋਈ। ਦਰੱਖਤਾਂ ਨੂੰ ਵੀ ਇੱਥੇ ਕੱਪੜੇ ਪਾਏ ਹੋਏ ਆ, ਘੈਂਟ ਲੱਗਦਾ ਆਹ ਦੇਖੋ ਸਾਰੇ ਦਰੱਖਤਾਂ ਨੂੰ ਪਾਏ ਹੋਏ, ਵਧੀਆ ਲੱਗਦਾ ਉੱਦਾਂ, ਆਹ ਡਿਜ਼ਾਇਨਿੰਗ ਜੀ ਕਰੀ ਹੋਈ ਸੋਹਣੀ ਲੱਗਦੀ ਆ। ਉਹ ਜੀ ਵਾਪਸ ਫਿਰ ਹੁਣ ਨਹਿਰ 'ਤੇ ਆ ਗਏ ਅਸੀਂ, ਸ਼ਹਿਰ ਤਾਂ ਸਾਰਾ ਘੁੰਮਿਆ ਜੀ, ਇੱਧਰੋਂ ਵੀ ਬਹੁਤ ਸੋਹਣਾ ਲੱਗਦਾ ਆਹ ਦੇਖੋ। ਵੈਸੇ ਨਹਿਰ ਆਹ ਬਹੁਤ ਚੌੜੀ ਹੈ ਯਾਰ, ਉੱਦਾਂ ਹੀ ਨਹੀਂ ਹੈਗੀ, ਛੋਟੀ ਜਿਹੀ ਨਹੀਂ ਹੈਗੀ, ਬਹੁਤ ਚੌੜੀ ਨਹਿਰ ਹੈ। ਇਹਦੇ ਹੀ ਆਪਣੇ ਲੋਕ ਜ਼ਿਆਦਾ ਵਹਿਮ ਵੂਮ ਜੇ ਕਰਦੇ, ਇਹ ਲੋਕ ਵੀ ਕਰਦੇ ਆ ਦੇਖੋ, ਇਹਨਾਂ ਨੇ ਵੀ ਆਹ ਲੋਕ ਲੈ ਕੇ ਨਾ ਉਹ ਲਾਏ ਵੀ ਜੀਂਦੇ ਲਾ ਕੇ ਸਿੱਟੇ ਹੋਏ ਆ ਦੇਖੋ, ਚਾਬੀਆਂ ਵਿੱਚ ਸਿੱਟਦੇ ਲੋਕ ਲਾ ਕੇ ਨਾ, ਚਾਬੀਆਂ ਦੇ ਵਿੱਚ ਸਿੱਟਦੇ ਆ। ਇਹਨਾਂ ਦਾ ਵੀ ਹੋਣਾ ਕੋਈ ਗੁੱਡ ਲੱਕ ਚਾਮ ਹੋਣਾ ਕੋਈ ਇਹਨਾਂ ਦਾ, ਹੈ ਨਾ, ਕੋਈ ਬੁਣ ਫਰਤੂਨਾ ਹੋਣਾ ਇਹਨਾਂ ਦਾ ਵੀ। ਲਓ ਜੀ ਗੱਭਰੂਆਂ ਨੇ ਕਹਿੰਦੇ ਸਾਰੀ ਟ੍ਰੈਫਿਕ ਰੋਕਤੀ ਆ, ਆਹ ਬਟਨ ਦੱਬ ਕੇ ਇੱਕ ਛੋਟਾ ਜਿਹਾ ਬਟਨ ਦੱਬਤਾ ਅਤੇ ਸਾਰੀ ਟ੍ਰੈਫਿਕ ਰੋਕਦੀ ਹੈ ਭਾਈ, ਹੋ ਜਾ ਗ੍ਰੀਨ ਹੁਣ, ਇੰਨਾ ਟਾਈਮ ਯਾਰ ਹੋ ਗਈ ਹੋ ਗਈ ਚਲੋ ਵੀ ਚਲੋ ਚਾਈਨਾ 'ਚ ਆਏ ਆ, ਆਹ ਤਾਂ ਫੈਸਿਲਿਟੀ ਹੈਗੀ ਆਪਾਂ ਨੂੰ, ਇੰਡੀਆ ਤਾਂ ਉੱਪਰੇ ਚੜਾ ਦਿੰਦੇ ਆ, ਇੰਡੀਆ ਨਹੀਂ ਛੱਡਦਾ ਕੋਈ, ਉੱਥੇ ਹਰੀ 'ਚ ਵੀ, ਉੱਥੇ ਹਰੀ 'ਚ ਵੀ ਡਰ ਲੱਗੀ ਜਾਂਦਾ ਵੀ ਕੱਢ ਲਵਾਂ ਰਹਿਣ ਦਵਾਂ। ਲਓ ਜੀ ਵਰੋਨਾ ਸ਼ਹਿਰ ਸਾਰਾ ਆਪਾਂ ਨੇ ਘੁੰਮ ਲਿਆ ਹੁਣ, ਅਤੇ ਇੱਥੇ ਨਾ ਥੋੜ੍ਹੇ ਲਾਗੇ ਆਪਣੇ ਇੱਕ ਉਹ ਮੌਲ ਹੈ, ਪ੍ਰੀ ਮਾਰਕ ਆ, ਬਾਕੀ ਹੋਰ ਸਾਰਾ ਕੁਛ ਉਹਦੇ ਵਿੱਚ ਅਵੇਲੇਬਲ, ਸਾਈਡ ਲਾ ਕੇ ਕੱਢ ਲਿਆ, ਸਾਈਡ ਲਾ ਕੇ ਹੁਣ ਮੌਲ 'ਚ ਜਾਣਾ, ਮੌਲ 'ਚ ਮਾੜਾ ਮੋਟਾ ਘੁੰਮਾਂਗੇ ਅਤੇ ਉਹਦੇ ਬਾਅਦ ਘਰ ਵਾਪਸੀ ਕਰਾਂਗੇ, ਸ਼ੋਪਿੰਗ ਕਰਨੀ ਮੁੰਡੇ ਨੇ, ਕਹਿੰਦੇ ਸਮਾਨ ਲੈਣਾ ਹੈ, ਗਰਾਊਂਡ ਆ ਸਟੇਡੀਅਮ ਆ ਉਹ ਕਿਹੜਾ, ਉਹ ਬੜਾ ਉਧਰ ਕਹਿੰਦਾ ਸਟੇਡੀਅਮ ਆ, ਕੀ ਹੋ ਗਿਆ ਹੁਣ ਉਧਰ ਲੋਕੇਸ਼ਨ ਲਾਉਣ ਗਏ, ਲੋਕੇਸ਼ਨ ਲਾਣੀ ਇਹ ਹਲਾ 4 ਮਿੰਟ ਦਾ ਰਸਤਾ ਦੱਸਦੀ ਕਹਿੰਦੀ, ਤੁਰ ਕੇ ਚੱਲਦੇ ਫਿਰ ਤਾਂ, ਤੇਰਾ ਮੈਪ ਵੀ ਤੇਰੇ ਵਰਗੇ ਹੀ ਮੈਂ ਲਾ ਲਿਆ ਸਾ, ਕਿ ਨਹੀਂ ਗਏ 67 ਕਿਲੋਮੀਟਰ ਹੈ ਇਤੋਂ, 67 ਕਿਲੋਮੀਟਰ ਉਹ ਲੱਗੇ ਵੀ ਲੱਗੇ ਹੋਣਾ ਫਿਰ ਉਧਰ, ਪਰ 300 ਗੱਡੀ ਲਾਤੀ ਆ ਪਾਰਕਿੰਗ 'ਚ, ਤੇ ਹੁਣ ਆ ਗਏ ਆਪਾਂ ਮਾਲ 'ਚ,
पिछे देख रहे हैं सारा मॉल है, हम अंदर जाके शॉपिंग करते माड़ी मोटी। किदा तेरा नोवा चल बढ़ जा हूं, मामा पिछे रह जाऊंगे तह खड़ाता। अरे जो लोग एंट्री कर ली मॉल के बिच जा रहे हैं, लो जी मॉल चो घूमी जाने ये तो लैंड में कोई लिया नहीं हजे इन्होंने, टाइम पास करी जाने जाके ले ला कुछ। चाओ लिखे वे देखो पिछे किन्ना घंट लगता चाओ। नमस्ते, बाकी मॉल घूमे आए ले लियो कुछ नहीं किसी ने, बस गेड़े ही कटने गए थे। नहीं कॉफी पी के, कॉफी पी के आए सर, पिज्जा कॉफी मैक ते जाके। हाँ कॉफी पीती है ते बाकी आज दा ब्लॉग इन्ना के सी, ते उम्मीद कर दो थानू वधिया लग्या होगा, जे वधिया लग्या तां लाइक ते कमेंट ते सबसक्राइब जरूर करियो। मिल जाए तुहाडे नाल जल्दी नवीं वीडियो दे विच। ओके बाय बाय।